ਸ਼ਿਵਾਜੀ ਨਗਰ ਪੈਂਦਾ ਇੱਧਰ, ਇੱਧਰ ਬਸ ਸ਼ਿਵਾ ਨਗਰ ਆ ਗਿਆ, ਇੱਧਰ ਪੁਲੀ ਆ ਗਈ ਨਾਲ ਲੱਗੇ ਹੋਏ ਨੇ ਫਾਇਰ ਬ੍ਰਿਗੇਡ ਵਾਲੇ, ਉਹ ਬਾਅਦ ਦੱਸਾਂਗੇ ਕਿੰਨੇ ਟਾਈਮ 'ਚ ਪਹੁੰਚਦੀ ਆ ਕਿੰਨੇ ਟਾਈਮ 'ਚ ਨਹੀਂ ਲੱਗਦੀ। ਮਕਾਨ ਮਾਲਕ ਆ ਜਿਹੜਾ ਉਹ ਕਹਿੰਦੇ ਬੰਦਾ ਹੈ ਨਹੀਂ ਅੰਦਰ, ਕੋਈ ਧਾਗਾ ਹੀ ਆ। ਗੱਡੀਆਂ ਦੇ ਥਰੂ ਸਾਰੇ ਮੁਲਕਾਂ ਨੂੰ ਜਾਏ, ਸਾਰੇ 6 ਦੇ 6 ਸਟੇਸ਼ਨਾਂ ਦੀ ਗੱਡੀਆਂ ਭਰਾ ਲਈਆਂ, ਗੱਡੀਆਂ 7-8 ਗੱਡੀਆਂ ਆ ਚੁੱਕੀਆਂ, 2 ਖਾਲੀ ਹੋ ਕੇ ਚਲੀ ਗਈਆਂ। ਲੁਧਿਆਣਾ ਦੇ ਟਰਾਂਸਪੋਰਟ ਨਗਰ ਨਜ਼ਦੀਕ ਧਾਗਾ ਫੈਕਟਰੀ 'ਚ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉੱਧਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ, ਪਰ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ ਦੇ ਕਾਬੂ ਪਾਉਣ ਦੇ ਪ੍ਰਯਾਸ ਜਾਰੀ ਹਨ। ਇੱਥੇ ਇਹ ਵੀ ਦੱਸ ਦਈਏ ਕਿ ਅੱਗ ਵਜਾਉਣ ਦੇ ਸਮੇਂ ਇੱਕ ਫਾਇਰ ਕਰਮੀ ਨੂੰ ਧੂੰਆਂ ਚੜ੍ਹਨ ਕਾਰਨ ਉਸ ਨੂੰ ਚੱਕਰ ਆ ਗਏ, ਜਿਸ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਫਾਇਰ ਗੇਟ ਦੇ ਅਧਿਕਾਰੀ ਨੇ ਕਿਹਾ ਕਿ 10:15 ਵਜੇ ਸਵੇਰੇ ਕਰੀਬ ਉਹਨਾਂ ਦੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਦੇ ਤੁਰੰਤ ਬਾਅਦ ਹੀ ਉਹ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚੇ ਤਾਂ ਕਿ ਆ ਕੇ ਉਹ ਅੱਗ 'ਤੇ ਕਾਬੂ ਪਾ ਸਕਣ। ਤੁਹਾਨੂੰ ਦੱਸ ਦਈਏ ਇੱਥੇ ਲੱਗੀ ਅੱਗ 'ਚੋਂ ਧੂੰਆਂ ਕਾਫੀ ਨਿਕਲ ਰਿਹਾ ਸੀ ਕਿ ਅੱਗ ਬੁਝਾਉਣ ਦੇ ਯਤਨ ਜਾਰੀ ਹਨ, ਅਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅੱਗ ਬੁਝਾਉਣ ਦੇ ਸਮੇਂ ਧੂੰਆਂ ਚੜ੍ਹਨ ਕਾਰਨ ਇੱਕ ਫਾਇਰ ਕਰਮੀ ਨੂੰ ਚੱਕਰ ਆ ਗਿਆ, ਜੋ ਹਜੇ ਬੇਹੋਸ਼ ਹੈ ਅਤੇ ਹਸਪਤਾਲ ਦੇ ਵਿੱਚ ਐਡਮਿਟ ਵੀ ਹੈ। ਤੁਹਾਨੂੰ ਦੱਸ ਦਈਏ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ, ਫਿਲਹਾਲ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਜਸਬੀਰ ਸਿੰਘ, ਸ਼ਿਵਾਜੀ ਨਗਰ ਪੈਂਦਾ ਇੱਧਰ, ਇੱਧਰ ਬਸ ਸ਼ਿਵਾ ਨਗਰ ਆ ਗਿਆ, ਇੱਧਰ ਪੁਲੀ ਆ ਗਈ ਨਾਲ, ਇਹਦਾ ਸਾਨੂੰ ਤਾਂ ਇਨਫੋਰਮੇਸ਼ਨ ਮਿਲੀ, ਅੱਧਾ ਪੌਣਾ ਘੰਟਾ ਹੋ ਗਿਆ। ਵੇਦਨ ਬੰਦਾ ਕੋਈ ਨਹੀਂ, ਉਹ ਕਹਿੰਦੇ ਜਿਸ ਤਰ੍ਹਾਂ ਮੁਕਾਬਲ ਦੱਸਦਾ ਮਕਾਨ ਮਾਲਕ ਆ ਜਿਹੜਾ, ਉਹ ਕਹਿੰਦੇ ਬੰਦਾ ਹੈ ਨਹੀਂ ਅੰਦਰ, ਕੋਈ ਧਾਗਾ ਹੀ ਆ। ਗੱਡੀਆਂ 7-8 ਗੱਡੀਆਂ ਆ ਚੁੱਕੀਆਂ, 2 ਖਾਲੀ ਹੋ ਕੇ ਚਲੀ ਗਈਆਂ। ਅੱਗ ਦੇ ਲੱਗੇ ਹੋਏ ਨੇ ਫਾਇਰ ਬ੍ਰਿਗੇਡ ਵਾਲੇ, ਉਹ ਬਾਅਦ ਦੱਸਾਂਗੇ ਕਿੰਨੇ ਟਾਈਮ 'ਚ ਬੁਝਦੀ ਆ ਕਿੰਨੇ ਟਾਈਮ 'ਚ ਨਹੀਂ ਲੱਗਦੀ। ਉਹ ਜਦ ਤੱਕ ਉਹ ਦੱਸਦੇ ਵੀ ਜਦ ਤੱਕ ਅੱਗ ਨਹੀਂ ਬੁਝਦੀ, ਫਿਰ ਬਾਅਦ ਲੱਗੋ ਵੀ ਕਿਸ ਕਾਰਨ ਅੱਗ ਲੱਗੀ ਆ। ਗੱਡੀਆਂ 7-8 ਆ ਗਈਆਂ, 2 ਖਾਲੀ ਹੋ ਕੇ ਚਲੀ ਗਈਆਂ। ਉਹ ਤਾਂ ਉਹਨਾਂ ਨਾਲ ਗੱਲ ਕਰਦੇ ਫਾਇਰ ਬ੍ਰਿਗੇਡ ਵਾਲੇ, ਦੱਸਣਗੇ ਫਿਰ ਤੁਹਾਨੂੰ ਦੱਸਾਂਗੇ ਅਸੀਂ ਵੀ ਕਿਸ ਕਾਰਨ ਅੱਗ ਲੱਗੀ ਆ। ਗੱਡੀਆਂ ਦੇ ਥਰੂ ਸਾਰੇ ਮੁਲਕਾਂ ਨੂੰ ਜਾਏ, ਸਾਰੇ 6 ਦੇ 6 ਸਟੇਸ਼ਨਾਂ ਦੀ ਗੱਡੀਆਂ ਭਰਾ ਲਈਆਂ। ਹਾਂਜੀ ਹਾਂਜੀ, 7 ਗੱਡੀਆਂ ਗਈਆਂ ਹੋਣ। ਹਾਂਜੀ ਹਾਂਜੀ, ਅਲੀ ਗੱਡੀਆਂ ਗਈਆਂ। ਉਹ ਮੁਲਕੇ ਅਸੀਂ ਸਾਰੇ ਮੁਲਕੇ ਅੱਗ ਬੁਝਾ ਰਹੇ ਸੀ, ਮੁਲਕੇ ਅੰਦਰੋਂ ਨਾ ਮੁਲਕੇ ਧੂੰਏ ਦਾ ਗੋਲਾ ਜਿਹਾ ਆਇਆ, ਜਿਹਦੇ ਕਰਕੇ ਮੁਲਕੇ ਉਹ ਬਲਾਸਟ ਹੋਇਆ। ਨਹੀਂ, ਤਕਰੀਬਨ 1 ਬੰਦੇ ਨੂੰ ਚੱਕਰ ਆਏ ਨੇ, ਬਾਕੀ ਸਾਰੇ ਸੇਫ ਨੇ। ਨਹੀਂ, ਪੈਟਰੋਲ ਪੰਪ ਦਾ ਗੈਪ ਹੈ ਵੈਸੇ, ਉਹਦਾ ਕੋਈ ਲਿੰਕ ਨਹੀਂ ਇਹਦੇ ਨਾਲ ਹੈਗਾ, ਜਿਹੜਾ ਮੁਲਕੇ ਅੱਗ ਲੱਗੀ ਉਹ ਨਾਲ ਗਲੀ 'ਚ ਲੱਗੀ ਹੋਈ। ਹਾਂਜੀ ਹਾਂਜੀ, ਧਾਗਾ ਫੇਰਤੀ ਹੈ। ਸਿਲੰਡਰ ਦਾ ਤਾਂ ਅਜੇ ਪਤਾ ਨਹੀਂ ਜੀ, ਸਾਨੂੰ ਆਹ ਪਤਾ ਨਹੀਂ, ਅਸੀਂ ਧੂਏ 'ਚ ਹੀ ਖੜੇ ਹਾਂ। ਕੋਈ ਬੰਦੇ ਅੰਦਰ ਤਾਂ ਨਹੀਂ ਫਸੇ ਹੋਏ? ਨਹੀਂ, ਫਿਲਹਾਲ ਇਹਦੇ ਮਾਲਕ ਕਹਿੰਦਾ ਕੋਈ ਸਾਡਾ ਬੰਦਾ ਨਹੀਂ ਹੈਗਾ, ਬਾਕੀ ਸਾਡੇ ਬੰਦੇ ਅੱਗ ਬੁਝਾਉਣ ਤੇ ਲੱਗੇ। ਫਿਰ ਫਿਲਹਾਲ ਸਟਾਰਟ ਹੋਏ ਆ ਜੀ, ਅੱਗ ਤੇ ਚਾਲੂ ਕਰੀ ਮੁਲਕੇ ਗੱਡੀ ਆਈ ਆ, ਜੇ ਕੋਲਟਿੰਗ ਨਹੀਂ ਕੀਤੀ ਜੀ ਕੋਈ, ਮੁਲਕੇ 10-12 ਗੱਡੀਆਂ ਚੱਲ ਰਹੀਆਂ ਭਾਜੀ, ਜੇ ਮੁਲਕੇ ਰਿਫਲ ਹੋ ਕੇ ਆ ਰਹੀ ਹੈ ਵਾਰ ਵਾਰ ਪਾਣੀ। ਹਾਂਜੀ, ਬਾਕੀ ਹੋਰ ਇੱਦਾਂ ਦੀ ਅਪਡੇਟਸ ਲਈ ਬਣੇ ਰਹੋ ਖਬਰੀ ਲਾਲ ਟੀਵੀ ਦੇ ਨਾਲ। ਧੰਨਵਾਦ।